ਡੇਟ ਆ ਆਰਾਮ ਨਾਲ ਮੀਟਿੰਗ ਹੋਵੇ, ਠੀਕ ਆ? ਅਧਿਕਾਰੀ ਹੋਣ ਫਿਰ ਮੀਟਿੰਗ ਆਉਂਦਾ ਅਧਿਕਾਰੀ ਹੋਣੇ 15 ਮਿੰਟ ਆਗੂ ਆਏ ਅਸੀਂ ਨਾ, ਮਤਲਬ ਮੰਤਰੀ ਨੂੰ ਲਗਾਤਾਰ ਸਾਂਝਾ ਅਧਿਆਪਕ ਮੋਰਚਾ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨਾਲ ਮੀਟਿੰਗ ਕਰਕੇ ਪੂਰਾ ਟਾਈਮ ਦਿੱਤਾ ਸੀ ਜੀ। ਸਾਡੀ ਲਾਸਟ ਮੀਟਿੰਗ ਹੋਈ ਸੀ ਉਹ ਦਸੰਬਰ 'ਚ ਹੋਈ ਹੈ ਜੀ। ਅਸੀਂ 7-8 ਮਹੀਨਿਆਂ ਦੇ ਬਾਅਦ ਮਜਬੂਰੀ ਨੂੰ ਤੁਰੇ ਹਾਂ ਜਦੋਂ ਮਸਲੇ ਹੱਲ ਨਹੀਂ ਹੋਏ, ਅਤੇ ਹੁਣ ਸਾਡੀ ਬੇਨਤੀ ਕੋਈ ਆ ਕਿ ਅਸੀਂ ਤੁਹਾਡੇ ਇਸ ਗੁੱਡ ਖੇਤ ਦੇ ਉੱਤੇ ਇੱਥੋਂ ਵਾਪਸ ਜਾਣਾ ਹੈ। ਤੁਸੀਂ ਸਾਨੂੰ ਕਿਹਾ ਵੀ 20-22 ਤਰੀਕ ਦਾ ਟਾਈਮ ਹੋਵੇਗਾ, ਪਰ ਅਕਸਰ ਇਹ ਨਾ ਹੋਵੇ ਕਿਉਂਕਿ ਮੁੜ ਕੇ ਆਪਾਂ ਨਹੀਂ ਆਮੋ ਸਾਹਮਣੇ ਹੋਣਾ ਜੀ ਮੁੜ ਕੇ। ਬਿਲਕੁਲ ਜੀ, ਜੇ ਟਾਈਮ ਨਹੀਂ ਹੋਊਗਾ ਅਸੀਂ ਦੁਬਾਰਾ ਆਉਂਗੇ, ਤੁਸੀਂ ਸਾਨੂੰ ਮਤਲਬ ਫਿਰ ਭਰੋਸਾ ਦਿਓਗੇ, ਮਤਲਬ ਅਸੀਂ ਵੱਧ ਗਿਣਤੀ ਜਾਵਾਂਗੇ, ਜੇ ਉਦੋਂ ਵੀ ਨਹੀਂ ਕੁਛ ਹੋਊਗਾ ਫਿਰ ਉਦੋਂ ਵੱਧ ਗਿਣਤੀ ਜਾਵਾਂਗੇ, ਫਿਰ ਪੱਕੇ ਬੈਠਾਂਗੇ ਕੁਛ ਕਰਾਂਗੇ। ਦੇਖੋ ਜੇ ਸਾਡੇ ਹੱਥ ਦਾ ਅਫਸਰ ਖੜੇ ਆ, ਹਾਂਜੀ ਇਹ ਵੀ ਖੜਾ, ਜੇ ਸਾਡੇ ਹੱਥ ਦੀ ਗੱਲ ਹੈ ਸਾਡੇ ਤੋਂ ਹੁਣ ਲਿਖਵਾ ਲਓ, ਪਰ ਤੁਹਾਡਾ ਮਸਲਾ ਉੱਥੇ ਟੇਬਲ ਨਹੀਂ, ਤੁਹਾਡੇ ਤੱਕ ਤਾਂ ਸਿਰਫ ਇੰਨਾ ਹੀ ਆ ਵੀ ਤੁਸੀਂ ਮੀਟਿੰਗ ਟਾਈਮ ਆ ਉਹ ਜ਼ਰੂਰ ਹੋ ਜਾਵੇ, ਕਿਤੇ ਇਹ ਨਾ ਹੋਵੇ ਸਾਡੇ ਨਾਲ ਧੋਖਾ ਵੀ ਤੁਸੀਂ ਕਹਿ ਦਿਓ ਵੀ ਕੱਲ ਨੂੰ ਲੈਟਰ ਜਾਰੀ ਨਾ ਹੋਵੇ। ਅਸੀਂ ਨਾ 7-8 ਤਰੀਕ ਨੂੰ ਸੀਗੀ, 7-8 ਜਥੇ ਬੰਦੇ ਦੀ ਮੀਟਿੰਗ ਕਰਾਈ ਹੈ, ਅਤੇ ਉਹ ਇੱਦਾਂ ਹੀ ਸੀਗਾ ਜੋ ਉਹਨਾਂ ਨੂੰ ਮੂੰਹ ਜ਼ਬਾਨੀ ਕਹਿਤਾ, ਅਤੇ ਉੱਥੇ ਸਾਰਿਆਂ ਦੀ ਮੀਟਿੰਗ ਹੋਈ ਸੀਗੀ, ਅਤੇ ਹੁਣ ਜਿਹੜੀ ਤੁਹਾਡੀ ਪੈਨਲ ਮੀਟਿੰਗ ਆ ਜਿਹੜੇ ਕੱਲ੍ਹ ਆਏ ਸੀਗੇ ਉਹਨਾਂ ਨੂੰ ਵੀ ਕਹਿਤਾ, ਉਹਨਾਂ ਨੇ ਜੋ ਵੀ ਉਹਨਾਂ ਨੇ ਮੰਗ ਕੀਤੀ ਸੀਗੀ ਵੀ ਇਹ ਪੈਨਲ 'ਚ ਮੈਂਬਰ ਹੋਣੇ ਚਾਹੀਦੇ ਆ, ਉਹ ਉੱਥੇ ਪਹੁੰਚ ਗਏ ਆ, ਉਹ ਵੀ ਉਹਨਾਂ ਦਾ ਲੈਟਰ ਵੀ ਕੱਲ੍ਹ ਨੂੰ ਹੀ ਆਉਣਾ, ਉਹਨਾਂ ਦਾ ਲੈਟਰ ਹੁਣ ਤੱਕ ਆਇਆ ਨਹੀਂ ਹੈਗਾ, ਠੀਕ ਹੈ? ਅਤੇ ਤੁਹਾਡਾ ਲੈਟਰ ਵੀ ਕੱਲ੍ਹ ਸਿੰਗਲ ਜਥੇ ਹੁੰਦੀ ਸੀ, 15 ਲੀਡਰਸ਼ਿਪ ਆਈ ਅੱਜ, ਸਭ ਲੀਡਰਸ਼ਿਪ ਆਈ ਹੈ ਜੇ ਮਤਲਬ ਭੱਤਿਆਂ ਦੀ ਹੈਗੀ ਆ ਮੰਗ, ਉਹ ਸਾਰੇ ਪੰਜਾਬ ਦੇ ਮੁਲਾਜ਼ਮਾਂ ਦੀ ਆ ਜੀ।